हैप्पी सीडर की जिहड़ी सब तो वधिया गल की आ, जिवें अज कल हुण असीं सुपर सीडर नाल भी पिछले साल कणक बीज के देख लई, इहदे नाल भी बीजी आ, इहदा झाड़ उहदे नाल वध रिहा, उहनूं बड़ा ट्रैक्टर चाहीदा, मशीनरी दी ट्रैक्टर दे बाहला लोड पैंदा सीगा उहदे नाल। ट्रैक्टर लोकां नूं हुण फिर दूजे दे मगर लग के मशीनरी बदलदे ने, 42 पावर दा ट्रैक्टर इहनूं बहुत वधिया चलाउंदा जी, बिल्कुल किसे नूं पिछे ला के दूजा बेच के कोई बड़ा लैण दी यार उह कुछ करन दी लोड़ नहीं हैगी। ਜੇ ਹੁਣ ਤਾਂ 42 HP ਦਾ ਟਰੈਕਟਰ ਆ, 47 HP ਦਾ ਟਰੈਕਟਰ ਆ, ਬਹੁਤ ਵਧੀਆ ਚਲਾਊਗਾ, ਇਹਨੂੰ ਕੋਈ ਉਹਦੇ ਵਾਲੀ ਉਹ ਆਏ ਨਹੀਂ, ਦੋ ਰਾਏ ਨਹੀਂ ਹੈਗੀ, ਇਹਦੇ ਵੱਡਾ ਟਰੈਕਟਰ ਖਰੀਦਣ ਦੀ ਵੀ ਸਾਨੂੰ ਲੋੜ ਨਹੀਂ ਹੈਗੀ ਜੀ। ਠੀਕ ਹੈ, ਨਾਲੇ ਸੁਪਰ ਸੀਡਰ ਨਾਲੋਂ ਮੇਨਟੇਨੈਂਸ ਦਾ ਖਰਚਾ ਵੀ ਬਹੁਤ ਬਾਹਲਾ ਸਰ, ਬਾਹਲਾ ਜ਼ਿਆਦਾ ਫਰਕ ਆ ਜੀ, ਮੈਂ ਤੁਹਾਨੂੰ ਦੱਸੇ ਨਹੀਂ ਸਕਦਾ। ਇਹਦੇ ਨਾਲ ਤਾਂ ਸਾਨੂੰ ਪਤਾ ਨਹੀਂ ਲੱਗਦਾ ਸੀਗਾ, ਇੱਕ ਬੰਦਾ ਆਰਾਮ ਨਾਲ ਬੀਜ ਜਾਂਦਾ ਸੀਗਾ, ਉਹਦੇ ਪਿੱਛੇ ਸਾਨੂੰ ਦੋ ਬੰਦੇ ਹੋਰ ਲਾਉਣੇ ਪਏ। ਕਿਸਾਨ ਵੀਰੋ, ਪਿੰਡ ਜਟਾਣੇ ਦੇ ਵਿੱਚ 450 ਦੇ ਏਕੜ ਲਗਭਗ ਪਿਛਲੇ ਸਾਲ ਰਕਬਾ ਸੀ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਇਸ ਸਾਲ ਰਕਬਾ ਇਹ ਹੋਰ ਵਧਾਈਏ, ਅਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਦੇ ਨਾਲ ਨਾਲ ਮਿੱਟੀ ਦੀ ਸਿਹਤ ਦਾ ਵੀ ਸੁਧਾਰ ਕਰੀਏ। ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।